ਆਓ ਸੁਣੀਏ ਜਸਬੀਰ ਪੁੱਲਰ ਦੀ ਕਹਾਣੀ ਬਰਫ਼ ਦਾ দানਕ ਚਖੜ ਬੜਾ ਮੂਹ ਜ਼ੋਰ ਸੀ ਬਰਫ਼ ਦੇ ਗੁਬਾਰ ਅੰਬਰ ਤੱਕ ਫੈਲ ਗਏ ਉੱਥੇ ਕੁਝ ਵੀ ਅਸਲੀ ਨਹੀਂ ਸੀ ਦਿਸ ਰਹਾ ਜੋ ਅਸਲੀ ਸੀ ਵੀ ਤਾਂ ਚਿੱਟੀ ਬਰਫ਼ ਸੀ ਜਾਂ ਬਰਫ਼ ਦਾ ਉਹ ਟਿੱਬਾ ਜੋ ਸਾ ਲਹਿ ਰਿਹਾ ਪ੍ਰਤੀਤ ਹੁੰਦਾ ਸੀ ਅਚਨ ਚੇਤੀ ਬਰਫ਼ ਦਾ ਉਹ ਟਿੱਬਾ ਟੜਕ ਗਿਆ ਉਦੇ ਵਿੱਚੋਂ ਚਿੱਟੇ ਦਸਤਾਨੇ ਵਾਲਾ ਹੱਥ ਬਾਹਰ ਨਿਕਲਿਆ ਉਸ ਹੱਥ ਨੇ ਹਵਾ ਨੂੰ ਫੜਨ ਦੇ ਯਤਨ ਵਿੱਚ ਵਾਰ-ਵਾਰ ਮੁਠ ਖੋਲੀ ਤੇ ਬੰਦ ਕੀਤੀ ਪਤਾ ਨਹੀਂ ਉਹ ਹੱਥ ਹਵਾ ਨੂੰ ਫੜ ਵੀ ਸਕਿਆ ਜਾਂ ਨਹੀਂ ਪਰ ਇਨਾ ਜ਼ਰੂਰ ਹੋਇਆ ਕਿ ਦਸਤਾਨੇ ਵਾਲਾ ਦੂਸਰਾ ਹੱਥ ਵੀ ਬਰਫ਼ ਚੋਂ ਬਾਹਰ ਝਾਕਿਆ ਤੇ ਫਿਰ ਅਸਮਾਨ ਵੱਲ ਫੈਲ ਗਿਆ ਇੱਕ ਵਿਸ਼ਾਲ ਦੇ ਆਪਣੇ ਆਪ ਨੂੰ ਬਰਫ਼ ਦੀ ਕੈਦ ਤੋਂ ਮੁਕਤ ਕਰਕੇ ਬਹਾਰ ਆ ਗਈ ਕੁਝ ਚਿਰ ਉਹ ਉੱਥੇ ਹੀ ਗੋਠੜੀਆਂ ਮੁੱਧੀਆਂ ਮਾਰੀ ਸਿਰ ਸੁੱਟੀ ਲੰਮੇ ਲੰਮੇ ਸਾ ਲੈਂਦਾ ਰਿਆ ਸਾ ਕੁਝ ਸਾਂਵੇ ਹੋਏ ਤਾਂ ਉਹਨੇ ਸਿਰ ਛੰਡਿਆ ਸਰੀਰ ਉੱਤੇ ਜ਼ੋਰ-ਜ਼ੋਰ ਦੀ ਮੁੱਖੀਆਂ ਮਾਰ ਕੇ ਲਹੂ ਨੂੰ ਹਰਕਤ ਦਿੱਤੀ ਤੇ ਫਿਰ ਤਣ ਕੇ ਖਲੋ ਗਿਆ ਜਿਵੇਂ ਕੋਈ ਹਿਮ ਮਾਨਵ ਆਪਣੇ ਚਿੱਟੇ ਰਾਜਪਾਗ ਦੇ ਨਿਗਾਹ ਮਾਰਨ ਉੱਠਿਆ ਹੋਵੇ ਕਿੰਨੀ ਸਾਰੀ ਬਰਫ ਉਹਦੇ ਉੱਤੋਂ ਮਿੱਟੀ ਵਾਂਗ ਉੱਡ ਗਈ। ਉਹਦਾ ਉੱਚਾ ਪਰਵਾ ਕੱਦ ਕਾਠ ਗਲੇਸ਼ੀਅਰ ਉੱਤੇ ਪਾਉਣ ਵਾਲੇ ਵਿਸ਼ੇਸ਼ ਕੱਪੜਿਆਂ ਵਿੱਚ ਹੋਰ ਵੀ ਭਾਰਾ ਲੱਗ ਰਿਹਾ ਸੀ। ਆਦੰਬੋ ਆਦੰਬੋ। tufaan ਦੀਆਂ ਚੀਕਾਂ ਕੰਨਾਂ ਦੇ ਪਰਦੇ ਪਾੜਨ ਲੱਗ ਪਈਆਂ। ਦਾਣਾ ਖੰਡ ਵਰਗੀ ਬਰਫ਼ ਉਹਦੇ ਨਾਲ ਖਹਿ ਕੇ ਅਗਾਹ ਲੰਘ ਰਹੀ ਸੀ। ਉਹਦੇ ਨਾਲ ਵੱਜ ਕੇ ਰੁਕ ਰਹੀ ਸੀ। ਬਰਫ਼ ਦੀ ਬਾਛੜ ਨਾਲ ਉਹਦੇ ਚਿਹਰੇ ਤੇ ਤਿੱਖੀਆਂ ਸੂਈਆਂ ਚੁਭ ਰਹੀਆਂ ਸਨ ਚਖੜ ਦਾ ਵੇਗ ਇੰਨਾ ਤੇਜ਼ ਸੀ ਕਿ ਉਹਦੇ ਪੈਰ ਉਖੜ ਰਹੇ ਸਨ ਜੇ ਉਟਾਣੀੋਂ ਟੁੱਟਾ ਪੱਤਾ ਹੁੰਦਾ ਤਾਂ ਹਵਾ ਦੀ ਗਤੀ ਨਾਲ ਉੱਡਦਾ ਤੁਰਿਆ ਜਾਂਦਾ ਪਰ ਉਹ ਸੈਨਿਕ ਸੀ ਉਹਦੇ ਲਈ ਕੋਰਣਾ ਪੁੱਟ ਕੇ ਬੈਠਣਾ ਜ਼ਿਆਦਾ ਵਾਜਬ ਸੀ ਉਹ ਕਾਲੀ ਨਾਲ tufaan ਵਾਲ ਪਿੱਠ ਕਰਕੇ ਬੈਠ ਗਿਆ ਮੁੱਠਾ ਮੀਠ ਕੇ ਉਸ ਬਰਫ਼ ਤੇ ਟਿਕਾ ਦਿੱਤੀਆਂ ਤੇ ਹਾਰੇ ਹੁੱਟੇ ਮਨੁੱਖ ਵਾਂਗ ਉੱਤੇ ਸਿਰ ਰੱਖ ਦਿੱਤਾ ਕੁਝ ਚਿਰ ਉਹ ਉਸੇ ਤਰ੍ਹਾਂ ਹੀ ਪਿਆ ਰਹਾ ਉਹਦੇ ਜ਼ਹਿਨ ਤੇ ਪਸਰੀ ਹੋਈ ਤੰਦ ਥੋੜੀ ਜਹੀ ਛਣੀ ਉਹ ਕੁਝ ਆਪਣੇ ਆਪ ਵੱਲ ਪਰਤਿਆ ਤਾਂ ਪਰੇਸ਼ਾਨ ਜਿਹਾ ਹੋ ਗਿਆ ਉਹ ਕਿੱਥੇ ਸਨ ਤੁਰਨ ਵੇਲੇ ਉਹ ਪੂਰੇ 12 ਸਾਲ 10 ਤੇ 2 12 ਤੇ ਹੁਣ ਉਸ ਪਲ ਉਹਨੇ ਜਿੰਨਾ ਨੂੰ ਵੇਖਣਾ ਸੀ ਉਹ ਵੀ ਅਣਵੇਖਿਆ ਹੀ ਰਹਿ ਗਿਆ ਉਹਦੇ ਖੋਪਿਆਂ ਵਰਗੀਆਂ ਅਣਕਾਂ ਤੇ ਬਰਫ਼ ਜੰਮ ਗਈ ਸੀ ਉਹਨੇ ਦਸਤਾਨੇ ਵਾਲਾ ਹੱਥ ਸ਼ੀਸ਼ਿਆਂ ਤੇ ਰਗੜ ਕੇ ਬਰਫ਼ ਪੂੰਜੀ ਬਰਫ਼ ਦੀ 부ਛਾੜ ਤੋਂ ਬਚਣ ਲਈ ਉਹਨੇ ਚਿਹਰੇ ਸਾਵੇਂ ਹੱਥਾਂ ਦਾ ਓਲਾ ਕਰ ਲਿਆ ਤੇ ਧੌਣ ਪਿਛਾ ਮੋੜੀ ਹੱਥਾਂ ਨੇ ਬਰਫ਼ ਤੇ ਵਿਚਿਆ ਦ੍ਰਿਸ਼ ਟੱਕ ਦਿੱਤਾ ਉਹਨੇ ਹੱਥ ਥੋੜਾ ਜਿਹਾ ਉੱਪਰ ਕੀਤਾ ਤਾਂ ਹੈਰਾਨ ਰਹਿ ਗਿਆ ਉਹਦੇ ਨੇੜੇ ਹੀ ਇੱਕ ਕਾਂ ਮਰਿਆ ਪਿਆ ਸੀ ਗਲੇਸ਼ੀਅਰ ਬਰਫ਼ ਸੀ ਨੀਰੀ ਬਰਫ਼ ਉੱਥੇ ਮਿੱਟੀ ਨਹੀਂ ਸੀ 4-5000 ਫੁੱਟ heightਾਂ ਤੱਕ ਵੀ ਮਿੱਟੀ ਨਹੀਂ ਸੀ ਉੱਥੇ ਫੁੱਲ ਨਹੀਂ ਸਨ ਉਗਦੇ ਉੱਥੇ ਕਰੁੰਬਲਾ ਨਹੀਂ ਸਨ ਫੁੱਟਦੀਆਂ ਉੱਥੇ ਕੁਝ ਵੀ ਆਪਣੀ ਸਹਿਜ ਹਾਲਤ ਵਿੱਚ ਜੀਉਂਦਾ ਨਹੀਂ ਸੀ ਰਹਿ ਸਕਦਾ ਅੰਤਾਂ ਦੀ ਸੀਤ ਵਿੱਚ ਬਸ ਇੱਕ ਲਦਾਖੀ ਕਾਂ ਹੀ ਸੀ ਜਿਸ ਨੂੰ ਕਦੀ ਕੁਝ ਨਹੀਂ ਸੀ ਹੁੰਦਾ ग्लेਸ਼ੀਅਰ ਦੇ 30 ਤੋਂ 50 ਡਿਗਰੀ ਸੈਂਟੀਗ੍ਰੇਡ ਦੇ ਮੰਨਫੀ ਤਾਪਮਾਨ ਵਿੱਚ ਜੋ ਕੁਝ ਵੀ ਹੁੰਦਾ ਸੀ ਆਦਮੀਆਂ ਨੂੰ ਹੁੰਦਾ ਸੀ ਆਦਮੀਆਂ ਦੇ ਸੁਪਨਿਆਂ ਤੋਂ ਲੈ ਕੇ ਆਦਮੀਆਂ ਦੇ ਲਹੂ ਤੱਕ ਉੱਥੇ ਸਭ ਕੁਝ ਜੰਮ ਜਾਂਦਾ ਸੀ ਖਾਣ ਪੀਣ ਵਾਲੀਆਂ ਵਸਤਾਂ ਦੇ ਡੱਬੇ ਖਾਲੀ ਕਰ ਕਰ ਕੇ ਫੌਜੀ ਸੁੱਟਦੇ ਰਹਿੰਦੇ ਸਨ ਗੂੜੇ ਕਾਲੇ ਕਾਂ ਉਹਨਾਂ ਡੱਬਿਆਂ ਨੂੰ ਠੂੰਗੇ ਮਾਰਦੇ ਅਕਸਰ ਵਿਖਾਈ ਦੇ ਜਾਂਦੇ ਸਨ ਉੱਥੇ ਕਾਵਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਸੀ ਮਰੇ ਹੋਏ ਕਾਂ ਨੂੰ ਬਰਫ਼ ਨੇ ਅੱਧ-ਪਚੱਦ ਟੱਕ ਲਿਆ ਸੀ ਸੂਬੇਦਾਰ ਪੂਰਨ ਸਿੰਘ ਦੀ ਜੰਮੀ ਹੋਈ ਸੋਚ ਵਿੱਚ ਹੌਲੀ-ਹੌਲੀ ਗੋਲੀਆਂ ਦੀਆਂ ਆਵਾਜ਼ਾਂ ਜਾਗ ਪਈਆਂ ਇਹ ਕੋਈ ਅਲੋਕਾਰ ਗੱਲ ਨਹੀਂ ਸੀ ਉਹ ਪੱਖੀ ਹੋਈ ਜੰਗ ਦਾ ਮੋਹਾਸੇ ਉਥੇ ਦੋਹਾਂ ਧਿਰਾਂ ਵੱਲੋਂ ਗੋਲੀਆਂ ਚੱਲਦੀਆਂ ਹੀ ਰਹਿੰਦੀਆਂ ਸਨ ਪਰ ਗੋਲੀ ਨਾਲ ਪਹਿਲਾਂ ਉਥੇ ਕਦੀ ਕੋਈ ਕਾ ਨਹੀਂ ਸੀ ਮਰਿਆ ਹੁਣ ਕਾ ਮਰ ਹੀ ਗਿਆ ਸੀ ਤਾਂ ਇਹ ਗੱਲ ਸੌ ਵਿਸਵੇ ਪੱਕੀ ਸੀ ਕਿ ਸਿਰਫ ਕਾ ਨਹੀਂ ਸੀ ਮਰਿਆ ਪਲਟਨਾ ਦੀ ਅਦਲਾ ਬਦਲੀ ਮਿੱਠੀ ਤਰਤੀਬ ਅਨੁਸਾਰ ਹੀ ਚੱਲ ਰਹੀ ਸੀ ਵਾਪਸ ਜਾ ਰਹੀਆਂ ਟੋਲੀਆਂ ਨੂੰ ਸੂਬੇਦਾਰ ਪੂਰਨ ਸਿੰਘ ਨੇ ਹੈਰਾਨ ਹੋ ਕੇ ਵੇਖਿਆ ਸੀ ਉਹਨਾਂ ਸਾਰਿਆਂ ਦਾ ਜਿਵੇਂ ਇੱਕੋ ਹੀ ਚਿਹਰਾ ਸੀ ਵਧੀ ਹੋਈ ਦਾੜੀ ਥੱਕੇ ਹੋਏ ਉਦਾਸ ਚਿਹਰੇ ਬੁਝੀਆਂ ਹੋਈਆਂ ਅੱਖਾਂ ਵਿੱਚ ਠਹਿਰੀ ਹੋਈ ਮੌਤ ਗਲੇਸ਼ੀਅਰ ਤੋਂ ਜਿਉਂਦੇ ਵਾਪਸ ਜਾਣ ਲੱਗਿਆਂ ਵੀ ਉਹਨਾਂ ਨੂੰ ਆਪਣੇ ਜਿਉਂਦੇ ਹੋਣ ਦਾ ਯਕੀਨ ਨਹੀਂ ਸੀ ਗਲੇਸ਼ੀਅਰ ਦੀ ਜਾਨ ਲੇਵਾ ਠੰਡ ਵਿੱਚ ਖੁਸ਼ੀ ਐਨੀ ਨੀਲੀ ਪੈ ਗਈ ਸੀ ਕਿ ਉਹਨਾਂ ਕੋਲੋਂ ਚਿਹਰੇ ਤੇ ਜੰਮੀ ਹੋਈ ਮਾਤ ਦੀ ਪਰਤਵੀ ਨਹੀਂ ਸੀ ਪੂੰਜੀ ਜਾ ਸਕਦੀ ਪਲਟਨਾ ਭਰੀਆਂ ਪੂਰੀਆਂ ਗਲੇਸ਼ੀਅਰ ਤੇ ਆਈਆਂ ਸਨ ਪਰ ਕਦੀ ਭਰੀਆਂ ਬੂਰੀਆਂ ਵਾਪਸ ਨਹੀਂ ਸੰ ਗਈਆਂ ਇੱਕ ਪਰੇਸ਼ਾਨ ਜਿਹੇ ਸਵਾਲ ਅਚੇਤੇ ਉਹਨਾਂ ਸੈਨਿਕਾਂ ਦੀਆਂ ਅੱਖਾਂ ਵਿੱਚ ਠਹਿਰ ਗਿਆ ਸੀ ਕੀ ਉਹ ਗਲੇਸ਼ੀਅਰ ਤੋਂ ਜਿਉਂਦੇ ਵਾਪਸ ਪਰਤ ਸਕਣਗੇ ਗਲੇਸ਼ੀਅਰ ਇੱਕ ਵਿਸ਼ਾਲ ਦਾਨਵ ਸੀ ਬਰਫ਼ ਦਾ ਦਾਨਵ ਉਹ ਜਿਵੇਂ ਕਿਸੇ ਸਿੱਧੀ ਪ੍ਰਾਪਤੀ ਲਈ ਹਜ਼ਾਰਾਂ ਸਾਲਾਂ ਤੋਂ ਤਪ ਕਰ ਰਿਹਾ ਸੀ ਹੁਣ ਕੁਝ ਸਾਲਾਂ ਤੋਂ ਸੈਨਿਕ ਇਸ দানਵ ਦੇ ਤਪ ਨੂੰ ਭੰਗ ਕਰਨ ਦੀ ਜੁਰਤ ਕਰਨ ਲੱਗ ਪਏ ਸਨ ਅਤੇ ਬਦਲੇ ਵਿੱਚ ਉਹ ਕ੍ਰੋਧ ਨੂੰ ਭੁਗਤ ਰਹੇ ਸਨ ਬਿਲਾਫੌਂਡ ਲਾਤੇ ਹਲੇ ਵੀ ਜੈਕ ਐਲਾਈ ਦੇ ਮੋਚੇ ਮੱਲੇ ਹੋਏ ਸਨ ਡੋਗਰਾ ਦੀ ਅਲਫਾ ਕੰਪਨੀ ਨੇ ਬਿਲਾਫੌਂਡ ਲਾਦਾ ਚਾਰਜ ਸੰਭਾਲਣ ਪਿੱਛੋਂ ਹੀ ਉਹਨਾਂ ਨੂੰ ਵੇਲਿਆਂ ਕਰਨਾ ਸੀ ਜੈਕ ਐਲ ਆਈ ਦੇ ਗਾਈਡਾ ਨਾਲ ਅਲਫਾ ਕੰਪਨੀ ਦੀਆਂ ਤਿੰਨ ਟੋਲੀਆਂ ਬਿਲਾਫੌਂਡਲਾ ਵੱਲ ਕੁਝ ਕਰ ਚੁੱਕੀਆਂ ਸਨ ਉਹਨਾਂ ਨੂੰ ਤੋੜ ਕੇ ਸੂਬੇਦਾਰ ਪੂਰਨ ਸਿੰਘ ਉੱਥੇ ਹੀ ਖਲੋਤਾ ਰਿਹਾ ਸੀ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਬਰਫ਼ ਹੀ ਬਰਫ਼ ਸੀ ਉੱਥੇ ਕੋਈ ਸ਼ਾਰਾ ਨਹੀਂ ਸੀ ਕਿਸੇ ਸੜਕ ਦੇ ਬਣਨ ਦੀ ਕੋਈ ਸੰਭਾਵਨਾ ਵੀ ਨਹੀਂ ਸੀ ਬਰਫ ਨੂੰ ਬੱਜਰੀ ਦੇ ਪੱਥਰਾਂ ਵਿੱਚ ਨਹੀਂ ਸੀ ਬਦਲਿਆ ਜਾ ਸਕਦਾ ਪਹਿਲੀਆਂ ਦੋਵੇਂ ਟੋਲੀਆਂ ਉਹਦੀ ਨਜ਼ਰ ਦੀ ਹੱਦ ਟੱਪ ਕੇ ਬਰਫ ਦੇ ਉੱਚੇ-ਉੱਚੇ ਢਾਹਾਂ ਓਲੇ ਗਵਾਜ ਗਈਆਂ ਸਨ ਪਿਛਲੀ ਟੋਲੀ ਦੇ ਜਵਾਨ ਹਾਲੇ ਵੀ ਤੱਬਿਆਂ ਵਾਂਗ ਦਿਸ ਰਹੇ ਸਨ ਜਿਵੇਂ ਭੋਜਨ ਦੀ ਪਾਲ ਵਿੱਚ ਜਾ ਰਹੀਆਂ ਕੀੜੀਆਂ ਦੀ ਕਤਾਰ ਹੁੰਦੀ ਹੈ ਉਹ ਵੀ ਪਹਿਲੀਆਂ ਟੋਲੀਆਂ ਦੀ ਮਿੱਠੀ ਹੋਈ ਬਰਫ ਨੂੰ ਆਪਣੇ ਪੈਰਾਂ ਹੇਠ ਲੇਟਾਰ ਦੇ ਤੁਰੇ ਜਾ ਰਹੇ ਸਨ ਗਲੇਸ਼ੀਅਰ ਦੇ ਖਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕੋ ਰਾਹ ਵਰਤਣਾ ਹੀ ਹਿੱਤ ਵਿੱਚ ਸੀ ਪਰ ਇਹ ਜ਼ਰੂਰੀ ਨਹੀਂ ਸੀ ਕਿ ਮਿੱਥਿਆ ਹੋਇਆ ਰਾਹ ਹਰ ਵਾਰ ਸਿਆਚਨ ਗਲੇਸ਼ੀਅਰ ਨੂੰ ਵੀ ਮਨਜ਼ੂਰੀ ਹੋਵੇ ਇਸ ਗੱਲ ਦਾ ਸਭ ਨੂੰ ਪਤਾ ਸੀ ਇਸੇ ਕਰਕੇ ਗਲੇਸ਼ੀਅਰ ਤੇ ਕਦੀ ਕੋਈ ਇਕੱਲਾ ਨਹੀਂ ਸੀ ਤੁਰਦਾ ਉਸ ਟੋਲੀ ਵਿੱਚ ਪੰਜ ਜਣੇ ਸਨ ਉਹਨਾਂ ਦੇ ਲਗ ਪਹਿਲੇ ਸੈਨਿਕ ਤੋਂ ਲੈ ਕੇ ਪਿਛਲੇ ਸੈਨਿਕ ਤੱਕ ਇੱਕੋ ਰੱਸੇ ਨਾਲ ਬੱਜੇ ਹੋਏ ਸਨ ਇੱਕ ਦੂਜੇ ਤੋਂ ਦੂਰ ਚਲਦਿਆਂ ਵੀ ਉਹ ਰੱਸੇ ਨੇ ਸਭ ਨੂੰ ਆਪਸ ਵਿੱਚ ਜੋੜਿਆ ਹੋਇਆ ਸੀ ਇਸ ਤਰ੍ਹਾਂ ਉਹ ਲੋਡ ਪੈਣ ਤੇ ਇੱਕ ਦੂਜੇ ਦੀ ਸਹਾਇਤਾ ਕਰ ਸਕਦੇ ਸਨ ਉਸ ਵੇਲੇ ਗਲੇਸ਼ੀਅਰ ਬੜਾ ਸ਼ਾਂਤ ਸੀ ਬੜਾ ਚੁੱਪ ਸੀ ਅਚਾਨਕ ਉਤਰਭ ਗਿਆ ਉਹਨੇ ਮੱਧਮ ਜਈਆਂ ਚੀਕਾਂ ਦੀ ਆਵਾਜ਼ ਸੁਣੀ ਸੀ ਬਰਫ਼ ਦੀ ਹਿੱਕ ਵਿੱਚ ਇੱਕ ਹੋਰ 파ੜ ਪੈ ਚੁੱਕਿਆ ਸੀ ਬਰਫ਼ ਵਿਚਕਾਰਲੇ ਸੈਨਿਕ ਦੇ ਪੈਰਾਂ ਹੇਠੋਂ ਪਾਟੀ ਤੇ ਪਾੜ ਫੈਲ ਕੇ ਅਗਲੇ ਤੇ ਪਿਛਲੇ ਸੈਨਿਕ ਦੇ ਪੈਰਾਂ ਤੱਕ ਪਹੁੰਚ ਗਿਆ ਇਸ ਤੋਂ ਪਹਿਲਾਂ ਕਿ ਬਾਕੀ ਜਣੇ ਸੰਭਲ ਕੇ ਬਚਾディー ਕਾਰਵਾਈ ਕਰ ਦੇ ਉਹ ਵਿਚਕਾਰਲੇ ਜਵਾਨ ਦੇ ਨਾਲ ਹੀ ਪਾੜ ਵਿੱਚ ਖਿੱਚੇ ਗਏ ਇਹ ਪਹਾੜ ਹਜ਼ਾਰਾਂ ਫੁੱਟ ਡੂੰਘਾ ਸੀ ਇਹੋ ਜਿਹਾ ਹਾਦਸਾ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਬਰਫ਼ ਅਣਕਿਆਸੀਆਂ ਥਾਵਾਂ ਤੇ ਵਾਟਦੀ ਰਹਿੰਦੀ ਸੀ ਸੈਨਿਕ ਉਹਨਾਂ ਪਹਾੜਾਂ ਵਿੱਚ ਸਮਾ ਜਾਂਦੇ ਸਨ ਸਪੈਸ਼ਲ ਕੱਪੜਿਆਂ ਦਾ ਨਿਗ ਉਹਨਾਂ ਨੂੰ ਕਈ ਕਈ ਦਿਨ ਤੱਕ ਜਿਉਂਦਾ ਵੀ ਰੱਖਦਾ ਸੀ ਪਰ ਪਹਾੜ ਅੰਦਰ ਹੀ ਆਖਰੀ ਨੀਂਦ ਸੌਣਾ ਉਹਨਾਂ ਦੀ ਹੋਣੀ ਸੀ ਅਣਗਿਣਤ ਸੈਨਿਕ ਹੁਣ ਤੱਕ ਗਲੇਸ਼ੀਅਰ ਦੇ ਪਹਾੜਾਂ ਵਿੱਚ ਸਮਾ ਚੁੱਕੇ ਸਨ ਉਹਨਾਂ ਦੇ ਜਿਸਮਾਂ ਦੀ ਗਰਮੀ ਉਹਨਾਂ ਦੇ ਅਹਿਸਾਸ ਦਾ ਨਿਗ ਨਾ ਬਰਫ਼ ਦੀ ਫਿਤਰਤ ਹੀ ਬਦਲ ਸਕੇ ਸਨ ਤੇ ਨਾ ਗਲੇਸ਼ੀਅਰ ਦੀ ਭੁਖ ਹੀ ਮੁੱਕੀ ਸੀ ਉਹਨੇ ਹੈਰਾਨ ਜਿਹਾ ਹੋ ਕੇ ਅੱਖਾਂ ਮਲੀਆਂ ਬਰਫ਼ ਦਾ ਪਸਾਰ ਦੂਰ ਜਾ ਕੇ ਸਲੇਟੀ ਅਸਮਾਨ ਵਿੱਚ ਇੱਕ ਮਿਖ ਹੋ ਗਿਆ ਸੀ ਚਿੱਟੀ ਬਰਫ਼ ਉੱਤੇ ਕਾਲੇ ਤੱਬਿਆਂ ਦਾ ਕੋਈ ਵੀ ਚਿੰਨ ਬਾਕੀ ਨਹੀਂ ਸੀ ਮਰਨ ਵਾਲਿਆਂ ਵਿੱਚ ਅਲਫਾ ਕੰਪਨੀ ਦਾ ਕਮਾਂਡਰ ਵੀ ਸੀ ਪਰ ਇਹ ਵੇਲਾ ਸੱਥਰ ਵਿਛਾ ਕੇ ਬੈਠਣ ਦਾ ਨਹੀਂ ਸੀ ਹਾਲੇ ਤਾਂ ਮੁੜ ਸੀ ਕੁਝ ਦਿਨਾਂ ਨੂੰ ਇਹੋ ਜਈਆਂ ਕਟਨਾਵਾ ਆਮ ਵਾਂਗ ਜਾਪਣ ਲੱਗ ਪੈਣਗੀਆਂ ਖਾਲੀ ਹੋ ਗਈਆਂ ਥਾਵਾਂ ਮੁੜ ਪਰ ਜਾਣਗੀਆਂ ਜ਼ਿੰਦਗੀ ਨੇ ਪਹਿਲਾ ਵਾਂਗ ਹੀ ਤੁਰਦੇ ਰਹਿਣਾ ਸੀ ਮੋਇਆਂ ਦੇ ਫਿਕਰ ਨਾਲੋਂ ਵੀ ਪਹਿਲਾ ਫਿਕਰ ਬਿਲਾਫੌਂਡ ਲਾਦੀ ਕਮਾਂਡ ਦਾ ਸੀ ਪਲਟਨ ਦੇ ਕਮਾਂਡ ਅਫਸਰ ਕੋਲ ਇਸ ਵੇਲੇ ਕੋਈ ਵੀ ਵਾਧੂ ਅਫਸਰ ਨਹੀਂ ਸੀ ਜਿਹਨੂੰ ਬਿਲਾਫੌਂਡ ਲਾਦੀ ਸੰਭਾਲ ਲਈ ਭੇਜਿਆ ਜਾ ਸਕੇ ਸਾਰੇ ਅਫਸਰ ਆਪੋ ਆਪਣੀ ਥਾਈ ਪੋਸਟਾਂ ਦੀ ਜ਼ਿੰਮੇਵਾਰੀ ਸੰਭਾਲੀ ਬੈਠੇ ਸਨ ਹੁਣ ਇਸ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਸੀ ਕਿ ਫਿਲਹਾਲ ਸੂਬੇਦਾਰ ਪੂਰਨ ਸਿੰਘ ਨੂੰ ਬਿਲਾਫੌਨ ਲਾਵਾਲੀ ਕੰਪਨੀ ਦੀ ਕਮਾਂਡ ਸੌਂਪ ਦਿੱਤੀ ਜਾਵੇ ਜਦੋਂ ਸੂਬੇਦਾਰ ਪੂਰਨ ਸਿੰਘ ਆਪਣੀ ਟੋਲੀ ਨੂੰ ਲੈ ਕੇ ਤੁਰਿਆ ਤਾਂ ਅੰਬਰ ਤੇ ਤਾਰੇ ਚਮਕ ਰਹੇ ਸਨ ਚੰਨ ਚਾਨਣੀ ਵਿੱਚ ਬਰਫ਼ ਦੀ ਲਿਸ਼ਕੋਰ ਨਾਲ ਅੱਖਾਂ ਝੁੰਧਿਆ ਰਹੀਆਂ ਸਨ ਬਰਫ਼ ਤੇ ਪੈਂਦੀਆਂ ਚੰਨ ਦੀਆਂ ਰਿਸ਼ਮਾਂ ਨੇ ਰਾਤ ਨੂੰ ਚਿੱਟੇ ਦਿਨ ਵਿੱਚ ਬਦਲ ਦਿੱਤਾ ਸੀ ਪਰ ਉਸ ਦਿਨ ਦਾ ਸਵੇਰਾ ਕਾਲਾ ਸੀ ਉਹ ਲਗਾਤਾਰ ਤੁਰ ਹੀ ਗਏ ਉਹਨਾਂ ਦੇ ਵੱਡੇ ਬੂਟਾਂ ਨਾਲ ਬਰਫ਼ ਕੱਟੇ ਵਾਂਗੂ ਉੱਡਦੀ ਰਹੀ ਹੌਲੀ ਹੌਲੀ ਚੰਨ ਤਾਰੇ ਫਿੱਕੇ ਪੈ ਗਏ ਤੇ ਫਿਰ ਅਲੋਪ ਹੋ ਗਏ ਗਲੇਸ਼ੀਅਰ ਦੀ ਸੀਤ ਫਿਜ਼ਾ ਵਿੱਚ ਬਿੱਲੀਆਂ ਦੇ ਰੋਣ ਵਰਗੀ ਸੁਰ ਜਾਗ ਪਈ ਮੌਸਮ ਵਿਗੜ ਗਿਆ ਸੀ ਇਸ ਤੋਂ ਪਹਿਲਾਂ ਕਿ ਉਹ ਆਉਣ ਵਾਲੇ ਤੂਫਾਨ ਤੋਂ ਬਚਣ ਬਾਰੇ ਸੋਚਦੇ ਉਹਨਾਂ ਦੇ ਨੇੜੇ ਹੀ ਦੁਸ਼ਮਣ ਦੇ ਤੋਖਖਾਨੇ ਦਾ ਗੋਲਾ ਆ ਕੇ ਡਿੱਗ ਗਿਆ ਬਰਫ਼ ਉਤਾਂ ਨੂੰ ਉੱਡੀ ਤੇ دہشت ਦਾ ਤਰਾਂਕਾ ਦੇ ਗਈ ਇਹ ਅਣਕਿਆਸਿਆ ਹਮਲਾ ਸੀ ਉਹ ਦੁਸ਼ਮਣ ਦੇ ਤੋਖਖਾਨੇ ਦੀ ਮਾਰ ਹੇਠ ਆ ਗਏ ਸਨ ਉਹ ਇੱਕਦਮ ਬਰਫ਼ ਤੇ ਟੈ ਪਏ ਤੇ ਓਟਾਂ ਪਾਲਣ ਲਈ ਇਧਰ ਉਧਰ ਰੀਂਗਣ ਲੱਗੇ ਛੇਤੀ ਹੀ ਤੋਖਖਾਨੇ ਦੀ ਗੋਲਾਬਾਰੀ ਵਿੱਚ ਨਿੱਕੀਆਂ ਹਥਿਆਰਾਂ ਦੀਆਂ ਆਵਾਜ਼ਾਂ ਵੀ ਸ਼ਾਮਲ ਹੋ ਗਈਆਂ ਤੇਜ਼ ਹਵਾ ਨੇ ਚਖੜ ਦਾ ਰੂਪ ਧਾਰ ਲਿਆ tufaan ਦੇ ਵੇਗ ਨਾਲ برف ਉੱਟਣ ਲੱਗ ਪਈ ਸੂਬੇਦਾਰ ਪੂਰਨ ਸਿੰਘ ਨੇ ਨਜ਼ਰਾਂ ਨਾਲ ਦੁਸ਼ਮਣ ਵਾਲੇ ਪਾਸੇ ਦੀ ਪੁਣ ਛਾਂਣ ਕਰਨ ਦਾ ਯਤਨ ਕੀਤਾ ਉਹ ਨੂੰ ਚਖੜ ਦੇ ਬੁਣੇ ਜਾਲੇ ਵਿੱਚ ਧੁੰਦਲੀ ਜਿਹੀ ਹਰਕਤ ਦਿੱਤੀ ਠਿਸ ਉਹ ਦੀ ਸਟੇਨ ਚੱਲਣ ਤੋਂ ਮੁਨਕਰ ਹੋ ਗਈ ਮੰਨਫੀ ਤਾਪਮਾਨ ਨੇ ਸਟੇਨ ਦੇ ਪੁਰਜ਼ੇ ਜam ਕਰ ਦਿੱਤੇ ਸਨ। ਇੱਕ ਵਾਰ ਗੋਲੀ ਚੱਲ ਜਾਂਦੀ ਤਾਂ ਬੈਰਲ ਗਰਮ ਹੋ ਜਾਂਦੀ। ਇਸ ਤੋਂ ਪਿੱਛੋਂ ਤਾਂ ਗੋਲੀਆਂ ਚੱਲਦੀਆਂ ਹੀ ਰਹਿਣੀਆਂ ਸਨ। ਬੈਰਲ ਨੇ ਗਰਮ ਹੀ ਰਹਿਣਾ ਸੀ। ਹੁਣ ਉਹ ਆਪਣੀ ਸਟੇਨ ਲਈ ਨਿੱਗ ਕਿੱਥੋਂ ਲੈ ਕੇ ਆਵੇ? ਉਹਨੇ ਇੱਧਰ ਉੱਧਰ ਵੇਖਿਆ। ਕੁਝ ਜਵਾਨ ਮੋਰਚੇ ਸੰਭਾਲੀ ਗੋਲੀਆਂ ਦਾਗ ਰਹੇ ਸਨ। ਕੁਝ ਆਪਣੇ ਹਥਿਆਰਾਂ ਤੇ ਖਿਜੇ ਹੋਏ ਸਨ। ਕੁਝ ਨੇ ਇਨ੍ਹਾਂ ਝਗੜਿਆਂ ਤੋਂ ਬੇਲਾਗ ਹੋ ਕੇ ਆਖਰੀ ਹਿਜਕੀ ਲੈ ਲਈ ਸੀ। ਸੂਬੇਦਾਰ ਪੂਰਨ ਸਿੰਘ ਨੇ ਮੋਨਾਲ ਗਰਨੇਡ ਦੀ ਪਿੰਨੀ ਖਿੱਚੀ ਤੇ ਅਗਾਹ ਨੂੰ ਸਰਕ ਰਹੇ ਦੁਸ਼ਮਣ ਦੇ ਸਿਪਾਹੀਆਂ ਦੇ ਪੂਰੇ ਤਾਣ ਨਾਲ ਗਰਨੇਡ ਦੇ ਮਾਰਿਆ ਐਨ ਉਸੇ ਵੇਲੇ ਇੱਕ ਹੋਰ ਭਿਆਨਕ ਧਮਾਕਾ ਹੋਇਆ ਜੋ ਗਰਨੇਡ ਫਟਣ ਦੇ ਖੜਾਕ ਨਾਲੋਂ ਕਿਤੇ ਜ਼ਿਆਦਾ ਕੰਨ ਪਾੜਵਾ ਸੀ ਉਹਦੇ ਪਿੱਛੇ ਪਹਾੜੀ ਟੜਕ ਕੇ ਬਰਫ਼ ਨੂੰ ਰਿਬ ਵਾਂਗ ਵਗਣੀ ਸ਼ੁਰੂ ਹੋ ਗਈ ਉਸ ਮੁੜ ਕੇ ਪਿਛਾ ਵੇਖਿਆ ਤੇ ਬਚਾ ਲਈ ਉਥੋਂ ਉੱਠ ਕੇ ਨਸਣਾ ਚਾਇਆ ਪਰ ਬਰਫ਼ ਦੀ ਗਾਰ ਜਹੀ ਉਹਦੇ ਉੱਤੋਂ ਦੀ ਅਗਾਹ ਵਗ ਗਈ ਉਹਦੇ ਲਈ ਸਮੁੱਚਾ ਵਾਤਾਵਰਣ ਸ਼ਾਂਤ ਹੋ ਗਿਆ ਦੁਸ਼ਮਣ ਦੀ ਗੋਲੀ ਦਾ ਜਵਾਬ ਉਹ ਗੋਲੀ ਨਾਲ ਦੇ ਸਕਦੇ ਸਨ ਪਰ ਗਲੇਸ਼ੀਅਰ ਦੀ ਦੁਸ਼ਮਣੀ ਦੇ ਜਵਾਬ ਵਿੱਚ ਉਹਨਾਂ ਕੋਲ ਬਚਾ ਦਾ ਬਸ ਤਰਲਾ ਜਿਹਾ ਹੀ ਸੀ ਬਰਫ਼ ਹੇਠ ਦੱਬਿਆ ਉਹ ਅਚੇਤੇ ਹੀ ਜ਼ੋਰ-ਜ਼ੋਰ ਦੇ ਹੱਥ-ਪੈਰ ਮਾਰਨ ਲੱਗ ਪਿਆ ਜਿਵੇਂ ਪਾਣੀ ਵਿੱਚ ਤੈਰ ਰਿਹਾ ਹੋਵੇ ਇਸ ਤਰ੍ਹਾਂ ਕਰਨ ਨਾਲ ਐਨਾ ਕੁ ਹੋ ਗਿਆ ਕਿ ਉਹਦੇ ਸਾਹ ਲੈਣ ਜੋਗੀ ਥਾਂ ਬਣੀ ਰਹੀ ਉਹਦੇ ਸਿਰੜ ਨੇ ਟੁੱਟਣ ਲੱਗੇ ਸਾਹ ਉਹਨੂੰ ਮੁਰ ਸੌਂਪ ਦਿੱਤੇ ਬਰਫ਼ ਤੋਂ ਬਾਹਰ ਆ ਕੇ ਉਹ ਕਿੰਨੀ ਦੇਰ ਤੱਕ ਢੇਰੀ ਹੋਇਆ ਉੱਥੇ ਹੀ ਪਿਆ ਰਿਹਾ ਜਦੋਂ ਜ਼ਹਿਨ ਤੋਂ बेहੋਸ਼ੀ ਦੀ ਧੁੰਦ ਪੇਤਲੀ ਪਈ ਤਾਂ ਆਪਣੇ ਆਪ ਵੱਲ ਪਰਤਿਆ ਉਸ ਵੇਲੇ ਵੀ ਬਰਫ਼ ਪੈ ਰਹੀ ਸੀ ਚਖੜ ਦਾ ਜ਼ੋਰ ਵੀ ਘਟ ਨਹੀਂ ਸੀ ਹੋਇਆ ਦੋ ਹਾਂ ਤਿਰਾਂ ਵੱਲੋਂ ਗੋਲੀਆਂ ਚਲਣੀਆਂ ਬੰਦ ਹੋ ਚੁੱਕੀਆਂ ਸਨ ਪਰ ਤੂਫਾਨ ਦਾ ਰੌਲਾ ਬਹੁਤ ਵੱਧ ਗਿਆ ਸੀ ਉਸ ਰੌਲੇ ਉੱਤੇ ਹਨੇਰੇ ਦਾ ਲੇ ਚੜਿਆ ਹੋਇਆ ਸੀ ਉਹਨੇ ਦਸਤਾਨੇ ਵਾਲੇ ਹੱਥ ਨਾਲ ਇੱਕ ਵਾਰੀ ਫਿਰ ਐਨਕ ਤੋਂ ਬਰਫ਼ ਸਾਫ਼ ਕੀਤੀ ਤੇ ਹੱਥਾਂ ਦਾ ਓਲਾ ਕਰਕੇ ਨਿਗਾਹ ਮਰੇ ਹੋਏ ਕਾਂ ਤੋਂ ਅਗਾ ਲੈ ਗਿਆ ਉਹਦੇ ਹੇਠ ਲਾਸ਼ਾਂ ਹੇਠਾਂ ਰਹਿ ਗਿਆ ਉਹਦੇ ਸਾਥੀਆਂ ਦੀਆਂ ਲਾਸ਼ਾਂ ਇੱਧਰ ਉੱਧਰ ਖਿਲਰੀਆਂ ਪਈਆਂ ਸਨ ਬਰਫ਼ ਨੇ ਉਹਨਾਂ ਨੂੰ ਇੰਨਾ ਕੁ ਲੁਕਾ ਲਿਆ ਸੀ ਕਿ ਉਹ ਬੇਤਰਤੀਬ ਕਬਰਾਂ ਵਾਂਗ ਦਿਸ ਰਹੇ ਸਨ ਗਲੇਸ਼ੀਅਰ ਸਿਰਫ਼ ਬਰਫ਼ ਨਹੀਂ ਸੀ ਉੱਥੇ ਫਸਲ ਵੀ ਉੱਗਦੀ ਸੀ ਮੁਰਦਿਆਂ ਦੀ ਫਸਲ ਇਹਨਾਂ ਤੋਂ ਪਹਿਲਾਂ ਵੀ ਬਰਫ਼ ਹੇਠ ਬਹੁਤ ਜਣੇ ਸਨ ਕੁਝ ਚਿਰ ਨੂੰ ਇਨਾ ਉੱਤੇ ਵੀ ਬਰਫ਼ ਦੀ ਇੱਕ ਮੋਟੀ ਪਰਤ ਜੰਮ ਜਾਵੇਗੀ। ਉਹ ਬਰਫ਼ ਦਾ ਹਿੱਸਾ ਹੋ ਜਾਣਗੇ। ਇਨ੍ਹਾਂ ਤੋਂ ਪਿੱਛੋਂ ਵੀ ਪਤਾ ਨਹੀਂ ਹੋਰ ਕੌਣ ਕੌਣ ਆਉਣਗੇ। ਲਾਸ਼ਾਂ ਬਰਫ਼ ਦੀ ਰਜ਼ਾਈ ਤਾਣ ਕੇ ਹਮੇਸ਼ਾ ਲਈ ਪਈਆਂ ਰਹਿ ਜਾਣਗੀਆਂ। ਉਹ ਉਹਨਾਂ ਨੂੰ ਐਡੀ ਛੇਤੀ ਨਹੀਂ ਮਰਨ ਦੇਵੇਗਾ। ਉਹ ਨੇੜਲੀ ਲਾਸ਼ਕੋਲ ਚਲਿਆ ਗਿਆ। ਕੋਲ ਬੈਠ ਕੇ ਉਸ ਲਾਸ਼ ਦੇ ਚਿਹਰੇ ਤੋਂ ਬਰਫ਼ ਸਾਫ਼ ਕੀਤੀ ਤੇ ਉਹਦੇ ਚਿਹਰੇ ਵੱਲ ਝੁੱਕ ਗਿਆ ਜਿਵੇਂ ਕੋਈ ਗੱਲ ਕਹਿ ਰਿਹਾ ਹੋਵੇ ਅਗਲੇ ਪਲ ਉਹ ਉੱਠ ਖਲੋਤਾ ਤੇ ਰਾਈਫਲ ਝੁੱਕ ਕੇ ਮਹੇ ਸੈਨਿਕ ਦੀ ਸਰਾਣੇ ਵਾਲੇ ਪਾਸੇ ਪੁੱਠੀ ਰੱਖ ਦਿੱਤੀ ਆਖਰੀ ਸਲੂਟ ਦੇਣ ਤੋਂ ਪਹਿਲਾਂ ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ ਚਾਹੀ ਤਾਂ ਉਹਨੂੰ ਸੈਨਿਕ ਦਾ ਨਾਮ ਹੀ ਨਾ ਯਾਦ ਆਇਆ ਖਰ ਉਸ ਦਾ ਜੋ ਵੀ ਨੰਬਰ ਸੀ ਨਾਮ ਸੀ ਉਹ ਬਿਨਾ ਕੁਝ ਜਾਣਿਆ ਸਮਝਿਆ ਬਹਾਦਰੀ ਨਾਲ ਲੜਿਆ ਤੇ ਮਰ ਗਿਆ ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਨੂੰ ਲੜਦਿਆਂ ਹੋਇਆ ਨਹੀਂ ਸੀ ਵੇਖਿਆ ਪਰ ਇੰਨੀ ਕੁ ਪ੍ਰਾਰਥਨਾ ਕਰਨੀ ਤਾਂ ਵਾajib ਹੀ ਸੀ ਉਹਨੇ ਸੈਨਿਕ ਦੀ লাশ ਨੂੰ ਸੰਭਲ ਲਈ ਟੋਇਆ ਪੁੱਟਣ ਬਾਰੇ ਸੋਚਿਆ ਤੇ ਫਿਰ ਖਿਆਲ ਤਿਆਗ ਦਿੱਤਾ ਅੱਜ ਤੋਂ ਪਹਿਲਾਂ ਵੀ ਮੋਇਆਂ ਲਈ ਕਦੀ ਕਿਸੇ ਨੇ ਟੋਇਆ ਨਹੀਂ ਸੀ ਪੁੱਟਿਆ ਸੈਨਿਕਾਂ ਦੀਆਂ ਲਾਸ਼ਾਂ ਨੂੰ ਸਾਂਭਣ ਦਾ ਕੰਮ ਹੁਣ ਬਰਫ ਦਾ ਸੀ ਉਹਨੇ ਵਿਦਾਇਗੀ ਸਲੂਟ ਦਿੱਤਾ ਅਤੇ ਅਗਲੇ ਸੈਨਿਕ ਦੀ ਲਾਸ਼ ਵੱਲ ਔਲਿਆ ਹਰ ਇੱਕ ਦੀ ਲਾਸ਼ ਤੇ ਉਹਨੇ ਇੱਕੋ ਕਾਰਵਾਈ ਦੁਹਰਾਈ ਤੇ ਫਿਰ ਤੇ ਫਿਰ ਇੱਕ ਲਾਸ਼ ਉੱਤੇ ਉਹ ਝੁਕਿਆ ਹੀ ਰਹਿ ਗਿਆ ਉਸ ਲਾਸ਼ ਦਾ ਅੱਧਾ ਸਿਰ ਹੀ ਗਾਇਬ ਸੀ ਗੋਲੇ ਦਾ ਕੋਈ ਟੁਕੜਾ ਸਰੀਰ ਦਾ ਉਹ ਹਿੱਸਾ ਹੀ ਤੋੜ ਕੇ ਲੈ ਗਿਆ ਸੀ ਉਹ ਫਿਰ ਵੀ ਉਸ ਅਲੂਏ ਚਿਹਰੇ ਨੂੰ ਪਛਾਣ ਸਕਦਾ ਸੀ ਉਹ ਨਿਰਸੰਦੇ ਕੋਈ ਹੋਰ ਨਹੀਂ ਸੀ ਜਿੰਦਰ ਸੀ ਜਿਨੇ ਦਿਨੀ ਉਹਨਾਂ ਦੀ ਪਲਟਨ ਨੂੰ ਗਲੇਸ਼ੀਅਰ ਤੇ ਜਾਣ ਦਾ ਹੁਕਮ ਮਿਲਿਆ ਸੀ ਉਨੇ ਦਿਨੀ ਹੀ ਉਹ ਕੁਝ ਦਿਨਾਂ ਲਈ ਪਿੰਡ ਛੁੱਟੀ ਗਿਆ ਸੀ ਧੀ ਹੁਣ ਨਿੱਕੀ ਨਹੀਂ ਸੀ ਇੰਨੀ ਵੱਡੀ ਵੀ ਨਹੀਂ ਸੀ ਕਿ ਫਿਕਰ ਨੂੰ ਮੱਥੇ ਦੇ ਮੁੜਕੇ ਵਾਂਗ ਪਹੁੰਚਦੇਵੇ ਸੂਬੇਦਾਰ ਪੂਰਨ ਸਿੰਘ ਨੇ ਉਦੋਂ ਧੀ ਦੇ ਸੰਸਿਆਂ ਨੂੰ ਆਪਣੀ ਦਲੀਲ ਨਾਲ ਮਾਰਨਾ ਚਾਹਿਆ ਸੀ ਫਿਕਰ ਕਾਦਾ ਹੈ ਬਰਫ਼ ਅੱਗ ਤਾਂ ਨਹੀਂ ਹੁੰਦੀ ਫੇਰ ਮੈਂ ਵੀ ਕਿਹੜਾ ਜਿੰਦਰ ਤੋਂ ਕੋਈ ਦੂਰ ਬੈਠਾ ਹੋਇਆ ਉਸ ਠੀਕ ਹੀ ਕਿਆ ਸੀ ਉਸ ਵੇਲੇ ਉਹ ਇੰਨਾ ਕੋਕਰੀ ਬੈਠਾ ਹੋਇਆ ਸੀ ਕਿ ਆਪਣੀ ਧੀ ਦੇ ਸੁਹਾਗ ਦੀ লাশ ਨੂੰ ਆਪਣੇ ਅੰਦਰ ਮਹਿਸੂਸ ਕਰ ਰਿਹਾ ਸੀ ਤੋਪਾਂ ਬੰਦੂਕਾਂ ਦਾ ਕੋੜਾ ਦੱਬਣ ਵਾਲੇ ਹੱਥ ਸੈਨਿਕਾਂ ਦੇ ਜਿਸਮ ਨਾਲ ਜ਼ਰੂਰ ਲਟਕ ਰਹੇ ਸਨ ਪਰ ਉਹਨਾਂ ਦੇ ਆਪਣੇ ਨਹੀਂ ਸਨ ਉਹ ਆਪਣੇ ਹੱਥਾਂ ਦੀ ਬੇਵੱਸੀ ਤੇ ਖਿੱਚ ਗਿਆ ਉਹ ਨੇ ਅੰਬਰ ਵੱਲ ਮੂੰਹ ਕਰਕੇ ਉੱਚੀ ਸਾਰੀ ਗਾਲ ਕੱਢੀ ਪਰ ਉੱਥੇ ਸੁਣਨ ਵਾਲਾ ਕੌਣ ਸੀ ਉਹ ਬਰਫ਼ ਦੇ ਇੱਕ ਉੱਚੇ ਢਿੱਲੇ ਤੇ ਜਾ ਚੜਿਆ ਤੇ ਫਿਰ ਲਗਾਤਾਰ ਉੱਚੀ ਉੱਚੀ ਗਾਲਾਂ ਕੱਢੀ ਗਿਆ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਗਾਲਾਂ ਬਰਫ਼ੀਲੇ ਤੂਫਾਨ ਦੀਆਂ ਆਵਾਜ਼ਾਂ ਵਿੱਚ ਗਵਾਜ ਗਈਆਂ ਉਹਨੇ ਪਿਛਾਂ ਭੌਂ ਕੇ ਵੇਖਿਆ ਸ਼ਹੀਦੀ ਦੀ ਫਸਲ ਬਰਫ਼ਤੀ ਮਾਰ ਸੀ ਪੁੱਠੀਆਂ ਗੱਡੀਆਂ ਹੋਈਆਂ ਰਾਈਫਲਾਂ ਹੌਲੀ ਹੌਲੀ ਬਰਫ਼ ਲੁਕ ਜਾਣ ਗਿਆ ਬਰਫ਼ 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 ਕਿੰਨੂ ਕਿੰਨੀ ਬਰਫ਼ ਚਾਹੀਦੀ ਸੀ ਜਿੰਨੀ ਕੋ ਬਰਫ਼ ਦੋਹੀਂ ਪਾਸੀ ਪਈ ਹੋਈ ਸੀ ਇਹਦਾ ਵੀ ਕੋਈ ਹਿਸਾਬ ਨਹੀਂ ਸੀ ਉਹ ਫੇਰ ਵੀ ਲੜ ਰਹੇ ਸਨ ਬਰਫ਼ ਖਾਤਰ ਲੜ ਰਹੇ ਸਨ ਬਰਫ਼ ਦਾ ਤੂਫਾਨ ਪਹਿਲਾ ਵਾਂਗ ਹੀ ਮੂਜ਼ੋਰ ਸੀ ਪਰ ਜਿਹੜਾ ਤੂਫਾਨ ਉਹਦੇ ਅੰਦਰ ਜਾਗ ਪਿਆ ਸੀ ਉਹ ਬਾਹਰਲੇ ਤੂਫਾਨ ਨਾਲੋਂ ਕਿਤੇ ਵੱਡਾ ਸੀ ਉਹ ਉੱਚੀ ਆਵਾਜ਼ ਵਿੱਚ ਚੀਕਿਆ ਭੁੱਖੇਓ ਕਿੰਨੀ ਬਰਫ਼ ਚਾਹੀਦੀ ਹੈ ਤੁਹਾਨੂੰ ਉਹਦੇ ਸਵਾਲ ਦੇ ਜਵਾਬ ਵਿੱਚ ਤੂਫਾਨ ਜਿਵੇਂ ਇੱਕ ਛਿਣ ਲਈ ਖਲੋ ਗਿਆ ਉਹ ਚੁੱਕ ਕੇ ਦਾਣਾ ਖੰਡ ਵਰਗੀ ਬਰਫ਼ ਸਾਹਮਣੇ ਚੱਟਣ ਲੱਗ ਪਿਆ ਐ ਲਵੋ ਹੋਰ ਲਵੋ ਹੋਰ ਉਹਨੂੰ ਅਚਾਨਕ ਜਿਵੇਂ ਕੁਝ ਯਾਦ ਆ ਗਿਆ ਉਹਦੇ ਹੱਥ ਥਾਂੇ ਰੁਕ ਗਏ ਉਹ ਇੱਕ ਛਿਣ ਅੱਧ ਝੁਕਿਆ ਜਿਵੇਂ ਖਲੋਤਾ ਰਿਹਾ ਤੇ ਫਿਰ ਮੁੜ ਪਿਛਲੇ ਪਾਸੇ ਬਰਫ਼ ਚੱਟਣ ਲੱਗ ਪਿਆ ਲਓ ਤੁਸੀਂ ਵੀ ਲਓ ਤੁਸੀਂ ਵੀ ਭੁੱਖੇ ਹੋ ਇਹ ਲਓ ਉਹ ਬਰਫ਼ ਦੇ ਟਿੱਪੇ ਤੇ ਖਲੋਤਾ ਆਗ ਲਾਵਾਂਗ ਕਦੀ ਇੱਕ ਪਾਸੇ ਬਰਫ਼ ਸੁੱਟਣ ਲੱਗ ਪੈਂਦਾ ਤੇ ਕਦੀ ਦੂਜੇ ਪਾਸੇ ਉਹ ਬੋਲੀ ਜਾ ਰਿਹਾ ਸੀ ਪਰ ਉਹਦੇ ਬੋਲ ਬਰਫ਼ ਵਿੱਚ ਹੀ ਠਰ ਰਹੇ ਸਨ ਉਹਦੀ ਆਵਾਜ਼ ਕਿਤੇ ਨਹੀਂ ਸੀ ਪਹੁੰਚ ਰਹੀ ਠਿਚੁੰ ਆਖਰੀ ਸਾ ਗੰਨ ਰਹੇ ਕਿਸੇ ਜ਼ਖਮੀ ਸਿਪਾਹੀ ਦੀ ਗੋਲੀ ਬਰਫ਼ ਦੀ ਚਾਦਰ ਪਾੜ ਕੇ ਉਹਦੇ ਆਰ ਪਾਰ ਹੋ ਗਈ ਉਹ ਉੱਥੇ ਹੀ ਡਿੱਗ ਪਿਆ ਉਨੇ ਉਠਣ ਦਾ ਯਤਨ ਕੀਤਾ ਤੇ ਮੁੜ ਢੇਰੀ ਹੋ ਗਿਆ ਉਸ ਵੇਲੇ ਪਤਾ ਨਹੀਂ ਉਹ ਮਨੁੱਖ ਦੀ ਜ਼ਮੀਰ ਸੀ ਕਿ ਬਰਫਾਂ 'ਚ ਪਟਕਦੀ ਹੋਈ ਕੋਈ ਰੂਹ ਇੱਕ ਮੌਤ ਹੀ ਸੀ ਜਿਹੜੀ ਉਸ ਤੇ ਬੇਕਰੇ ਨੂੰ ਆਪਣੇ ਘਰ ਰੱਖ ਸਕਦੀ ਸੀ ਤੇ ਉਹ ਮਰ ਗਿਆ ਗਲੇਸ਼ੀਅਰ ਆਦਿਆਂ ਚੀਕਾਂ ਮਾਰਦੀ ਤੇਜ਼ ਹਵਾ ਲੌੜੀਆਂ ਗੋਂਦੀ ਹੌਲੀ ਹੌਲੀ ਡਿਸਕਣ ਲੱਗ ਪਈ ਬਰਫ਼ ਉਹਦੀ ਦੇਨੂ ਹੌਲੀ ਹੌਲੀ ਟੱਕ ਰਹੀ ਸੀ ਅਚਨ ਚੇਤੀ ਬਰਫ਼ ਉਹਦੇ ਇੱਕ ਪਾਸਿਓਂ ਬੈਠ ਗਈ ਢਿੱਲੇ ਉੱਤੇ ਪਈ ਉਹਦੀ ਮੁਰਦਾ ਦੇ ਟੇਢੀ ਹੋ ਗਈ ਤੇ ਫਿਰ ਦੁਸ਼ਮਣ ਵਾਲੇ ਪਾਸੇ ਰਿੜ ਗਈ ਉਹ ਰਿੜ ਕੇ ਇਧਰਲੇ ਪਾਸੇ ਵੀ ਆ ਜਾਂਦਾ ਤਾਂ ਕੋਈ ਫਰਕ ਨਹੀਂ ਸੀ ਪੈਣਾ ਉਹ ਵਰਤਣ ਵਾਲੀ ਸ਼ੈ ਸੀ ਤੇ ਵਰਤਿਆ ਜਾ ਚੁੱਕਾ ਸੀ